ਮੈਨੂੰ ਲੱਗਦਾ ਸੀ ਕਿ ਤੇਰੇ 'ਚ ਬਚਪਨ ਹੈ, ਤੂੰ ਬਦਤਮੀਜ਼ ਹੈ, ਤੂੰ ਜੋ ਕਰਦੀ ਹੈ ਆਪਣੇ ਲਈ ਕਰਦੀ ਹੈ। ਤੇਰੇ 'ਚ ਜਜ਼ਬਾ ਹੈ ਆਪਣੀ ਆਵਾਜ਼ ਚੁੱਕਣ ਦਾ, ਪਰ ਨਹੀਂ, ਤੂੰ ਤਾਂ ਡਰਪੋਕ ਨਿਕਲੀ। ਇੱਕ ਡਰਪੋਕ ਹੀ ਆਪਣੇ ਦੀ ਫਿਕਰ ਕਿਤੇ ਬਿਨਾਂ ਇੱਦਾਂ ਪੁੱਛਦਾ ਹੈ ਜਿੱਦਾਂ ਤੂੰ ਪੁੱਛੀ। ਜੀ ਨਹੀਂ, ਮੈਂ ਡਰਪੋਕ ਨਹੀਂ ਹਾਂ। ਨਾਲੇ ਮੈਂ ਆਪਣਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਚੰਗਾ, ਤੂੰ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੀ ਹੈ ਨਾ, ਬੜੀ ਫਿਕਰ ਹੈ ਨਾ ਤੈਨੂੰ ਉਹਨਾਂ ਦੀ, ਜਾ ਜਾ ਕੇ ਜਵਾਬ ਦੇ। ਦਿੰਦੀ ਕਿਉਂ ਨਹੀਂ ਜਵਾਬ, ਜਾ ਨਾ। ਮੈਂ ਜੋ ਕੀਤਾ ਗਲਤ ਕੀਤਾ ਤੇ ਮੈਂ ਉਹ ਮੰਨ ਵੀ ਰਹੀ ਹਾਂ ਨਾ, ਪਰ ਜੋ ਤੁਸੀਂ ਕੀਤਾ ਉਹ ਵੀ ਸਹੀ ਨਹੀਂ ਸੀ। ਤੁਹਾਨੂੰ ਏਦਾਂ ਸੀਰਤ ਜੀ ਦੇ ਹੱਥੇ ਮਹਿੰਦੀ ਨਹੀਂ ਲਾਉਣੀ ਚਾਹੀਦੀ ਸੀ। ਤੁਸੀਂ ਸਿੱਧਾ ਸਿੱਧਾ ਵੀ ਇਹ ਵਿਆਹ ਤੋੜ ਸਕਦੇ ਸੀ। ਤੁਸੀਂ ਵੀ ਉਹ ਸਭ ਕਰਕੇ ਆਪਣੇ ਘਰਦਿਆਂ ਨੂੰ ਸ਼ਰਮਿੰਦਾ ਹੀ ਕੀਤਾ। ਤੁਸੀਂ ਸੋਚਿਆ ਉਹਨਾਂ ਦੇ ਬਾਰੇ? ਤੁਸੀਂ ਉਹ ਕੀਤਾ ਜੋ ਤੁਹਾਡਾ ਮਨ ਕੀਤਾ। ਛੱਡ, ਹੱਦ ਹੁੰਦੀ ਹੈ ਬੇਸ਼ਰਮੀ ਦੀ। ਤੁਸੀਂ ਮੈਨੂੰ ਇਦਾਂ, ਮੈਂ ਤੇਰੇ ਤੋਂ ਪੁੱਛਿਆ ਕਿ ਕੀ ਸਹੀ ਹੈ ਤੇ ਕੀ ਗਲਤ। ਤੈਨੂੰ ਇਸ ਰਿਸ਼ਤੇ ਤੋਂ ਛੁਟਕਾਰਾ ਚਾਹੀਦਾ ਸੀ ਨਾ, ਚਾਹ ਦਿੱਤਾ ਛੁਟਕਾਰਾ, ਹੁਣ ਤੂੰ ਬਿਲਕੁਲ ਆਜ਼ਾਦ ਹੈ। ਚਾਹ ਚਲੀ ਜਾ ਤੂੰ, ਕਿ ਦੁਬਾਰਾ ਆਪਣਾ ਮੂੰਹ ਨਾ ਵਿਖਾਈ। ਲੀਵ, ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫ਼ਤ।